ਹਾਂਜੀ ਸਤਿ ਸ੍ਰੀ ਅਕਾਲ ਕਸ਼ਨਪ੍ਰਭ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਜੇਕਰ ਆਪਣੀ ਫਸਲ ਨੂੰ ਖਰਾਕੀ ਤੱਤਾਂ ਦੀ ਕਮੀ ਰਹੇ ਜੇ ਤਾਂ ਫਸਲ ਆ ਜਿਹੜੀ ਉਹ ਪੂਰਾ ਝਾੜ ਦੇਣ ਤੋਂ ਅਸਮਰੱਥ ਹੋ ਜਾਂਦੀ ਹੈ ਕਹਿੰਦਾ ਭਾਬ ਜੋਗ ਨਹੀਂ ਰਹਿੰਦੀ ਝਾੜ ਦੇਣ ਦੇ ਤਾਂ ਆਪਾਂ ਖਰਾਕੀ ਤੱਤਾਂ ਦੀ ਪਛਾਣ ਜਿਹੜੇ ਚਾਹੀਦੇ ਹੁੰਦੇ ਫਸਲ ਨੂੰ ਉਹ ਕਿਵੇਂ ਕਰੀਏ ਖਾਸ ਕਰਕੇ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਦੀ ਜਿਹੜੇ ਵੀਰਾਂ ਨੂੰ ਪਹਿਲਾਂ ਤੋਂ ਹੀ ਪਤਾ ਕਿ ਜ਼ਿੰਕ ਦੀ ਘਾਟ ਨਾਲ ਕੀ ਨਿਸ਼ਾਨੀਆਂ ਆਉਂਦੀਆਂ ਨੇ ਤੇ ਕਿਸ ਤਰ੍ਹਾਂ ਪੂਰੀ ਕਰਨੀ ਹੈ ਉਹੋ ਵੀਡੀਓ ਨੂੰ ਇੱਥੇ ਛੱਡ ਸਕਦੇ ਆ ਕਿਉਂਕਿ ਇਸ ਵੀਡੀਓ ਦੇ ਵਿੱਚ ਕੱਲੀ ਜ਼ਿੰਕ ਦੀ ਕਮੀ ਬਾਰੇ ਐਸ ਸਟੇਜ ਤੇ ਪਹੁੰਚੀ ਕਣਕ ਨੂੰ ਕਿਵੇਂ ਜ਼ਿੰਕ ਦੀ ਪੂਰਤੀ ਕਰਨੀ ਹੈ ਉਹਦੇ ਬਾਰੇ ਸਿਰਫ ਗੱਲਬਾਤ ਹੋਊਗੀ ਤਾਂ ਆਪਣਾ ਕੀਮਤੀ ਸਮਾਂ ਤੁਸੀਂ ਬਚਾ ਸਕਦੇ ਹੋ ਹੋਰ ਕੋਈ ਵੀਡੀਓ ਕੰਮ ਦੀ ਜਿਹੜੀ ਕਿ ਤੁਹਾਡੇ ਜ਼ਰੂਰਤ ਦੀ ਹੋਵੇ ਉਹ ਦੇਖ ਸਕਦੇ ਹੋ ਸੋ ਗੱਲ ਕਰੀਏ ਜੇਕਰ ਤੱਤਾਂ ਦੀ ਜਿਵੇਂ ਕਿ ਖਾਸ ਕਰਕੇ ਬਹੁਤ ਸਾਰੇ ਕਿਸਾਨ ਵੀਰੇ ਸਿਰਫ ਐਨਪੀਕੇ ਜਿਵੇਂ ਕਿ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਵੱਡੇ ਤੱਤਾਂ ਬੱਲੇ ਧਿਆਨ ਦਿੰਦੇ ਆ ਜਦੋਂ ਕਿ ਇਹ ਜ਼ਰੂਰੀ ਵੀ ਹੁੰਦੇ ਆ ਨਾਲ ਦੀ ਨਾਲ ਛੋਟੇ ਤੱਤਾਂ ਦੀ ਵੀ ਆਪਾਂ ਜਿਵੇਂ ਕਹਦੀ ਹੈ ਇਮੀਅਤ ਉਨੀ ਹੀ ਹੁੰਦੀ ਆ ਕਿਉਂਕਿ ਝਾੜ ਨੂੰ ਘਟਾਉਣ ਦੇ ਵਿੱਚ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਜੇਕਰ ਕਮੀ ਆ ਜੀ ਤੇ ਝਾੜ ਵਧਾ ਵੀ ਦਿੰਦੇ ਨੇ ਜੇਕਰ ਆਪਾਂ ਇਹਨੂੰ ਸਹੀ ਮਾਤਰਾ ਦੇ ਵਿੱਚ ਆਪਣੀ ਫਸਲ ਦੇ ਵਿੱਚ ਦਿੰਦੇ ਰਹੀਏ ਤਾਂ ਉਹਦੇ ਬਾਰੇ ਗੱਲਬਾਤ ਕਰਦੇ ਆਂ ਜੀ ਨਸਾਨੀਆਂ ਨੇ ਜਿਹੜੇ ਵੀ ਨਵੇਂ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਦਾ ਘੰਟੀ ਵਾਲਾ ਬਟਨ ਦਬਾ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅਸਲ ਦੇ ਵਿੱਚ ਕੀ ਹੁੰਦਾ ਨਾ ਆਪਾਂ ਜੇਕਰ ਗੱਲ ਕਰੀਏ ਕਿਸਾਨ ਵੀਰੋਂ ਫਸਲ ਦੀ ਖਾਸ ਕਰਕੇ ਕਣਕ ਦੀ ਪੰਘਾਰੇ ਤੋਂ ਲੈ ਕੇ ਕਹਿੰਦਾ ਆਪਾਂ ਗੁਰਮਨ ਤੋਂ ਲੈ ਕੇ ਕਣਕ ਨੂੰ ਅੱਗੇ ਬੀਜ ਤੱਕ ਪੱਕਣ ਤੱਕ ਤਾਂ ਬਹੁਤ ਸਾਰੇ ਖਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਜਿੰਕ ਤੱਤ ਵੀ ਬਹੁਤ ਜ਼ਰੂਰੀ ਤੱਤ ਆ ਜਿਹਦੀ ਘਾਟ ਨਾਲ ਝਾੜ ਦਾ ਨੁਕਸਾਨ ਹੁੰਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਸਾਨੂੰ ਵੀਰੋ ਤੱਤ ਨੇ ਜਿਹੜੇ ਜਦੋਂ ਆਪਾਂ ਕਈ ਦਸਤਰ ਲਾ ਕੇ ਕਈ ਖਰਾਕੀ ਤੱਤ ਸੜਕਾ ਕਰਦੇ ਰਹਿੰਦੇ ਨੇ ਬਿਨਾਂ ਪਛਾਣ ਕਰੇ ਤਾਂ ਫਿਰ ਅਗਨੋਰ ਜ਼ਰੂਰ ਕਰ ਦਿੰਦੇ ਨੇ ਉਸ ਚੀਜ਼ ਨੂੰ ਜਾਂ ਫਸਲ ਆਪਣੀ ਜਿਹੜੀ ਡੈਫੀਸ਼ੈਂਸੀ ਆ ਉਹਨੂੰ ਦਿਖਾਉਣਾ ਕੁਝ ਦਿਨਾਂ ਵਾਸਤੇ ਬੰਦ ਕਰ ਦਿੰਦੀ ਆ ਪਰ ਵਿੱਚੋਂ ਫਸਲ ਨੂੰ ਉਹ ਘਾਟ ਆ ਜਿਹੜੀ ਉਹ ਰਹਿੰਦੀ ਆ ਜ਼ਮੀਨ ਦੇ ਵਿੱਚ ਤੱਤ ਨਹੀਂ ਹੈਗਾ ਇੱਕ ਤੱਤ ਦੂਜੇ ਤੱਤ ਦੀ ਕਮੀ ਪੂਰੀ ਨਹੀਂ ਕਰ ਸਕਦਾ ਜਿਹੜੀ ਵੀ ਚੀਜ਼ ਦੀ ਕਮੀ ਆ ਸਿਰਫ ਉਸੇ ਦਾ ਸੜਕਾ ਕਰਨਾ ਪਊ ਦੂਸਰੀ ਦਾ ਭਾਵੇਂ ਆਪਾਂ ਉਸ ਤੋਂ ਜ਼ਿਆਦਾ ਕਰ ਦਈਏ ਪਰ ਫਾਇਦਾ ਨਹੀਂ ਹੋਣਾ ਹੁਣ ਗੱਲ ਕਰਦੇ ਆ ਨਿਸ਼ਾਨੀਆਂ ਬਾਰੇ ਕਿਉਂਕਿ ਜ਼ਿੰਕ ਦੀ ਜਿਹੜੀ ਆ ਇਸ ਟਾਈਮ ਤੇ ਭਾਵੇਂ ਤੁਸੀਂ ਪਿਛਲੀ ਜੇਕਰ ਸੌਵੇਂ ਦੀ ਫਸਲ ਨੂੰ ਚੰਗੇ ਤਰੀਕੇ ਨਾਲ ਜ਼ਿੰਕ ਪਾਈ ਆ ਤਾਂ ਫਿਰ ਤੁਸੀਂ ਤੁਹਾਡੇ ਖੇਤ ਦੇ ਵਿੱਚ ਪਛਾਣ ਕਰੋ ਜੇਕਰ ਕਮੀ ਹੈ ਤਾਂ ਛੜਕਾ ਕਰੂ ਨਹੀਂ ਕੋਈ ਲੋੜ ਨਹੀਂ ਪੈਂਦੀ ਛੜਕਾ ਕਰਨ ਦੀ ਹੁਣ ਕਮੀ ਦੀਆਂ ਨਿਸ਼ਾਨੀਆਂ ਦੀ ਗੱਲ ਆ ਜਾਂਦੀ ਹੈ ਜਦੋਂ ਫਸਲ ਆਪਾਂ ਨੂੰ ਦੱਸਦੀ ਆ ਕਿਸੇ ਵੀ ਖਰਾਕੀ ਤੱਤ ਦੀ ਘਾਟ ਤਾਂ ਉਹ ਆਪਣੇ ਤੇ ਇਨਸਾਨ ਬਣਾਉਂਦੀ ਆ ਕਿਸੇ ਨਾ ਕਿਸੇ ਤਰੀਕੇ ਦੇ ਜਿਵੇਂ ਕਿ ਜਿੰਕ ਦੀ ਜੇਕਰ ਆਪਾਂ ਗੱਲ ਕਰੀਏ ਜੇਕਰ ਕਾਫੀ ਸਾਰੀ ਮਾਤਰਾ ਦੇ ਵਿੱਚ ਕਮੀ ਆਉਂਦੀ ਆ ਤਾਂ ਵਾਦ ਦਾ ਬਿਲਕੁਲ ਰੁਕ ਜਾਂਦਾ ਫਸਲ ਦਾ ਕਹਿੰਦਾ ਆਪਾਂ ਬੂਟੇ ਝਾੜੀਆਂ ਜਿਹਾ ਬਣਨੇ ਸ਼ੁਰੂ ਹੋ ਜਾਂਦੇ ਤੇ ਜੇਕਰ ਆਪਾਂ ਪੱਤਿਆਂ ਦੀ ਗੱਲ ਕਰੀਏ ਜੇ ਤਾਂ ਥੋੜੀ ਜੀ ਕਮੀ ਮਹਿਸੂਸ ਕਰਦੀ ਆ ਫਸਲ ਫਿਰ ਤਾਂ ਤੁਹਾਨੂੰ ਇਸ ਤਰੀਕੇ ਦੇ ਦਾਗ ਜੇ ਕਿਤੇ ਕਿਤੇ ਦਿਖਾਈ ਦੇਣਗੇ ਵਿਚ ਵਿਚ ਪੌਦਿਆਂ ਦੇ ਪੱਤਿਆਂ ਤੇ ਆਪਣੇ ਕਣਕ ਦੀ ਫਸਲ ਦੇ ਇਸ ਤਰੀਕੇ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਫੋਟੋ ਸਕਰੀਨ ਦੇ ਉੱਪਰ ਆਪਣੇ ਤੇ ਉਸ ਤੋਂ ਬਾਅਦ ਜੇਕਰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤਾਂ ਜਿਹੜੇ ਪੱਤੇ ਨੇ ਇਸ ਤਰੀਕੇ ਦੇ ਨਾਲ ਬਚਾਲੋਂ ਲਗਭਗ ਪੀਲੇ ਜੇ ਹੋ ਜਾਂਦੇ ਨੇ ਇਹ ਕਹਿਣ ਦਾ ਭਾਵ ਉਹ ਦਾਗ ਤੋਂ ਇਹ ਦੇਖੋ ਵੱਡੇ ਨੇ ਬਚਾਲੋਂ ਲਗਭਗ ਸਾਰਾ ਪੱਤਾ ਪੀਲਾ ਹੋ ਗਿਆ ਤੇ ਪੀਲਾ ਹੋ ਕੇ ਇਹ ਟੁੱਟ ਜਾਂਦਾ ਟ ਕੈਣ ਦਾ ਪੱਬ ਲਮਕ ਜਾਂਦਾ ਹੈਗਾ ਬੂਟੇ ਦੇ ਨਾਲ ਤਾਂ ਫਿਰ ਇਹਨੂੰ ਆਪਾਂ ਪੀਕ ਤੇ ਕਹਿ ਸਕਦੇ ਹਾਂ ਕਿ ਡਿਮਾਂਡ ਕਰ ਰਹੀ ਹੈਗੀ ਫਸਲ ਆਪਣੀ ਆਪਣਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਆ ਮੈਗਨੀਜ਼ ਜਾਂ ਹੋਰ ਜਿਹੜੀਆਂ ਵੀ ਚੀਜ਼ਾਂ ਦੀ ਬੋਰ ਆਉਂਦੀ ਆਪਾਂ ਨੇ ਪਿਛਲੀਆਂ ਵੀਡੀਓ ਦੇਖ ਸਕਦੇ ਤੁਸੀਂ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਨੇ ਕਿਉਂਕਿ ਅੰਨੇ ਵਾ ਆਪਾਂ ਸੜਕਾ ਕਰਨ ਤੋਂ ਬਚੀਏ ਤਾਂ ਇਹ ਦੋ-ਤਿੰਨ ਨਿਸ਼ਾਨੀਆਂ ਨੇ ਜਦੋਂ ਤੁਹਾਨੂੰ ਇਹ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਤਾਂ ਇਹਨੂੰ ਪੂਰਾ ਕਰਨ ਵਾਸਤੇ ਹੁਣ ਜਿਹੜਾ ਟਾਈਮ ਚੱਲ ਰਿਹਾ ਕਿ ਸਾਨੂੰ ਵੀਰੋਂ ਹਰ ਇੱਕ ਕਿਸਾਨ ਵੀਰ ਦੀ ਫਸਲ ਲਗਭਗ 55 ਦਿਨ ਕ੍ਰੋਸ ਕਰ ਚੁੱਕੀ ਆ 50 ਤਾਂ ਬਿਲਕੁਲ ਹੀ ਕਰ ਚੁੱਕੀ ਆ ਜਿਹੜੀਆਂ ਜ਼ਿਆਦਾ ਪਛੇਤੀਆਂ ਨੇ ਉਹਨਾਂ ਫਸਲਾਂ ਤੋਂ ਨੂੰ ਛੱਡ ਕੇ ਤੇ ਵਿੱਚ 70 75 80 ਦਿਨਾਂ ਤੇ ਜਾ ਰਹੀਆਂ ਇਹਨਾਂ ਨੇ ਤਾਂ ਫਿਰ ਹੁਣ ਆਪਾਂ ਪੂਰੀ ਕਿਵੇਂ ਕਰ ਸਕਦੇ ਹਾਂ ਘਾਟ ਸਿਰਫ ਚਲੇਟਡ ਜ਼ਿੰਕ ਦਾ ਆਪਾਂ ਸੜਕਾ ਕਰ ਸਕਦੇ ਹਾਂ 100 ਗ੍ਰਾਮ ਲੈ ਸਕਦੇ ਹੋ ਤੁਸੀਂ ਤੇ ਲਗਭਗ ਇੱਕ ਸੜਕਾ ਨਾਲ ਇਹ ਕਵਰ ਹੋ ਜਾਂਦੀ ਆ ਜੇਕਰ ਨਹੀਂ ਤਾਂ ਉਹਨੂੰ ਲੱਗਦਾ ਕਿ ਜਿਆਦਾ ਪ੍ਰੋਬਲਮ ਫੇਰ ਹੀ ਦੂਜੀਆਂ ਸੜਕਾਂ ਕਰੋ ਨਹੀਂ ਇੱਕ ਸੜਕਾਂ ਨਾਲ ਤੁਸੀਂ ਇਹਨੂੰ ਕਵਰ ਕਰ ਸਕਦੇ ਆ ਹੁਣ ਇਸ ਚੀਜ਼ ਦਾ ਜ਼ਰੂਰ ਧਿਆਨ ਦਿਓ ਕਿਉਂਕਿ ਝਾੜ ਘਟਾਉਣ ਜਾਂ ਵਧਾਉਣ ਦੇ ਵਿੱਚ ਇਸ ਚੀਜ਼ ਦਾ ਵੀ ਬਹੁਤ ਰੋਲ ਹੁੰਦਾ ਹੈ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ